ਪਿਛਲੇ 4 ਮਹੀਨੇ ਤੇ 7 ਤਰੀਕ 11 ਮਹੀਨੇ ਦੇ ਗੁੰਮਸ਼ੁਦਾ ਸੀ ਜਾਂ ਅਸੀਂ ਰਿਪੋਰਟ ਲਿਖਾਈ ਸੀ, ਐਫ ਆਈ ਆਰ ਦਰਜ ਕਰਾਈ ਸੀ ਗੁੰਮਸ਼ੁਦੇ ਦੀ। ਹੁਣ ਸਾਨੂੰ ਪਤਾ ਲੱਗਾ ਕਿ ਕਿਸੇ ਨੇ ਲਾਸ਼ ਨੂੰ ਕਤਲ ਕਰਕੇ ਖੇਤ ਦੇ ਵਿੱਚ ਦਫਨਾ ਦਿੱਤਾ ਸੀਗਾ। ਉਹਦੇ ਉੱਤੋਂ ਪਾਰਟਸ ਮਿਲੇ, ਹੱਡੀਆਂ, ਖੋਪੜੀਆਂ, ਵਾਲ, ਸਰੀਰ ਦਾ ਅੱਧਾ ਧੜ ਮਿਲਿਆ ਹੈਗਾ। ਜਦੋਂ ਕੁੜੀ ਗੁੰਮਸ਼ੁਦੀ ਹੋ ਗਈ, ਉਸ ਤੋਂ ਬਾਅਦ ਕਿਸੇ ਦੇ ਕਬਜ਼ੇ 'ਚ ਆ ਗਈ ਕੁੜੀ, ਕੁੜੀ ਨੂੰ ਮਾਰ ਦਿੱਤਾ, ਉਸ ਤੋਂ ਬਾਅਦ ਉਹਨੂੰ ਖੁਰਦ ਬੁਰਦ ਕਰਕੇ ਖੇਤ ਵਿੱਚ ਦਫਨਾ ਦਿੱਤਾ, ਫਿਰ ਖੇਤ ਵਾਹ ਦਿੱਤਾ ਹੈ। ਖੇਤ ਵਾਹਣ ਤੋਂ ਬਾਅਦ ਕੁਛ ਹੱਡੀ ਦਾ ਜਿਹੜਾ ਨਹੀਂ ਵਾਹਣ ਯੋਗ ਸੀਗਾ ਉਹ ਪੁਰਜੇ ਬਾਹਰ ਸੀਗੇ ਖੇਤ ਤੋਂ। ਅੱਧੀ ਕੁ ਡੈੱਡ ਬੋਡੀ ਆ ਉੱਥੇ, ਲੋਕ ਇਕੱਠੇ ਸੀਗੇ ਜਿਹੜੇ ਕਿ ਗੁੱਜਰਾਂ ਦੀ ਕੁੜੀ ਸੀ, ਉਹਨਾਂ ਨੇ ਉਹਨੇ ਕੱਪੜਿਆਂ ਤੋਂ ਪਛਾਣ ਕੀਤੀ ਆ। ਜਦੋਂ ਅਸੀਂ ਚੰਗੀ ਤਰ੍ਹਾਂ ਗਹਿਣ ਤਫਤੀਸ਼ ਕੀਤੀ ਤਾਂ ਉਹ ਮਿੱਟੀ ਸਿਰ ਦੇ ਵਾਲਾਂ ਨਾਲ ਲੱਗੀ ਉਸ ਖੇਤ ਤੋਂ ਸ਼ੋਅ ਹੋ ਗਿਆ, ਇਸ ਖੇਤ ਦੇ ਵਿੱਚ ਦਫਨਾਈ ਸੀਗੀ। ਹਜੇ ਵੀ ਕੁਛ ਹੱਡੀ ਦੇ ਪਾਰਟਸ ਉੱਥੇ ਹੈਗੇ, ਸਾਨੂੰ ਨਾ ਤਾਂ ਪੈਰ ਮਿਲੇ ਹੈਗੇ ਅਤੇ ਨਾ ਹੱਥ ਮਿਲੇ ਹੈਗੇ। ਪਿਛਲੇ 4 ਮਹੀਨੇ ਉੱਤੇ 7 ਤਰੀਕ 11 ਮਹੀਨੇ ਦੇ ਗੁੰਮਸ਼ੁਦਾ ਸੀ ਜਾਂ ਅਸੀਂ ਰਿਪੋਰਟ ਲਿਖਾਈ ਸੀ, ਐਫ ਆਈ ਆਰ ਦਰਜ ਕਰਵਾਈ ਸੀ ਗੁੰਮਸ਼ੁਦੇ ਦੀ। ਹੁਣ ਸਾਨੂੰ ਪਤਾ ਲੱਗਾ ਕਿ ਕਿਸੇ ਨੇ ਲਾਸ਼ ਨੂੰ ਕਤਲ ਕਰਕੇ ਖੇਤ ਦੇ ਵਿੱਚ ਦਫਨਾ ਦਿੱਤਾ ਸੀਗਾ। ਉਹਦੇ ਉੱਤੋਂ ਪਾਰਟਸ ਮਿਲੇ, ਹੱਡੀਆਂ, ਖੋਪੜੀਆਂ, ਵਾਲ, ਸਰੀਰ ਦਾ ਅੱਧਾ ਧੜ ਮਿਲਿਆ ਹੈਗਾ ਉੱਥੋਂ। ਜਿਹੜੀ ਹੈ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ, ਹਾਂਜੀ ਇਹੀ ਗੱਲ ਸੱਚ ਹੈਗੀ, ਕਿਉਂਕਿ ਜਦੋਂ ਕੁੜੀ ਗੁੰਮਸ਼ੁਦੀ ਹੋ ਗਈ, ਉਸ ਤੋਂ ਬਾਅਦ ਕਿਸੇ ਦੇ ਕਬਜ਼ੇ 'ਚ ਆ ਗਈ ਕੁੜੀ, ਕੁੜੀ ਨੂੰ ਮਾਰ ਦਿੱਤਾ, ਉਸ ਤੋਂ ਬਾਅਦ ਉਹਨੂੰ ਖੁਰਦ ਬੁਰਦ ਕਰਕੇ ਖੇਤ ਵਿੱਚ ਦਫਨਾ ਦਿੱਤਾ, ਫਿਰ ਖੇਤ ਵਾਹ ਦਿੱਤਾ ਹੈ। ਖੇਤ ਵਾਹਣ ਤੋਂ ਬਾਅਦ ਕੁਛ ਹੱਡੀ ਦਾ ਜਿਹੜਾ ਨਹੀਂ ਵਾਹਣ ਯੋਗ ਸੀਗਾ ਉਹ ਪੁਰਜੇ ਬਾਹਰ ਸੀਗੇ ਖੇਤ ਤੋਂ। ਜਦੋਂ ਅਸੀਂ ਚੰਗੀ ਤਰ੍ਹਾਂ ਗਹਿਣ ਤਫਤੀਸ਼ ਕੀਤੀ ਤਾਂ ਉਹ ਮਿੱਟੀ ਸਿਰ ਦੇ ਵਾਲਾਂ ਨਾਲ ਲੱਗੀ ਉਸ ਖੇਤ ਤੋਂ ਸ਼ੋਅ ਹੋ ਗਿਆ, ਇਸ ਖੇਤ ਦੇ ਵਿੱਚ ਦਫਨਾਈ ਸੀਗੀ। ਹਜੇ ਵੀ ਕੁਛ ਹੱਡੀ ਦੇ ਪਾਰਟਸ ਉੱਥੇ ਹੈਗੇ, ਸਾਨੂੰ ਨਾ ਤਾਂ ਪੈਰ ਮਿਲੇ ਹੈਗੇ ਅਤੇ ਨਾ ਹੱਥ ਮਿਲੇ ਹੈਗੇ। ਕਿਸ 'ਤੇ ਸ਼ੱਕ ਹੈ ਤੁਹਾਨੂੰ? ਤਾਂ ਮੈਂ ਸ਼ੱਕ ਕਿਤੇ ਕਹਿਦਾ, ਮੈਂ ਖੇਤ ਵਾਲੇ ਨੇ ਦੱਸਣਾ ਚਾਹੀਦਾ ਸੀਗਾ ਕਿ ਇਹਦੇ ਵਿੱਚੋਂ ਲਾਸ਼ ਮਿਲੀ ਹੈਗੀ ਆ। ਉਹਨੇ ਦੱਸਣ ਦੀ ਬਜਾਏ ਉਹ ਲਾਸ਼ ਦਾ ਅੱਧਾ ਧਾੜ, ਖੋਪੜੀ ਦੇ ਸਿਰ ਦੇ ਵਾਲ ਆਪਣੇ ਖੇਤ ਤੋਂ ਬਾਹਰ ਸੱਟ ਦਿੱਤੇ। ਹਾਲਾਂਕਿ ਇਸ ਗੱਲ ਨੂੰ 5 ਜਾਂ 7 ਦਿਨ ਹੋ ਗਏ ਖੇਤ ਵਾਹੀ ਨੂੰ, ਪਰ ਉਹਦਾ ਫਰਜ਼ ਬਣਦਾ ਹੀ ਪੁਲਿਸ ਨੂੰ ਆ ਕੇ ਦੱਸਣ ਦਾ, ਉਹਦਾ ਫਰਜ਼ ਬਣਦਾ ਸੀਗਾ ਸਾਡੇ ਜਾਂ ਪਿੰਡ ਦੇ ਸਰਪੰਚ ਨੂੰ ਦੱਸਣਾ, ਪਰ ਉਹਨੇ ਇੱਦਾਂ ਦਾ ਕੁਛ ਨਹੀਂ ਦੱਸਿਆ। ਕੀ ਲੱਗਦਾ ਕਿਤੇ ਨਾ ਕਿਤੇ ਜਿਹੜਾ ਖੇਤ ਮਾਲਕ ਉਹ ਸ਼ੱਕ ਦੇ ਘੇਰੇ 'ਚ? ਹਾਂਜੀ ਹਾਂਜੀ ਬਿਲਕੁਲ ਸ਼ੱਕ ਦੇ ਘੇਰੇ ਵਿੱਚ ਹੈਗਾ ਜੀ। ਕੀ ਮੰਗ ਕਰਦੇ ਹੋ? ਮੰਗ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਕਿ ਸਾਨੂੰ ਗੁੰਮਸ਼ੁਦੀ ਜਦੋਂ ਰਿਪੋਰਟ ਲਿਖਾਈ ਉਦੋਂ ਕੋਈ ਕਾਰਵਾਈ ਨਹੀਂ ਹੋਈ ਹੈਗੀ, ਹੁਣ ਕਮ ਸੇ ਕਮ ਲਾਸ਼ ਸਾਨੂੰ ਜੇ ਮਿਲ ਗਈ ਆ। ਹਜੇ ਪੂਰੀ ਤਰ੍ਹਾਂ ਲਾਸ਼ ਨਹੀਂ ਮਿਲੀ, ਪਰ ਜਿੰਨੀ ਵੀ ਮਿਲੀ ਆ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਮਿਲਿਆ ਜਾਵੇ, ਸਾਨੂੰ ਕਾਤਲ ਦੱਸੇ ਜਾਣ ਕਿ ਕੌਣ ਹੈਗੇ। ਥਾਣੇ ਹਾਜ਼ਰ ਸੀ ਮੈਂ ਅੱਜ, ਇੱਕ ਥਾਣੇ ਟੈਲੀਫੋਨ ਮਸੂਲ ਹੋਇਆ ਵੀ ਇੱਕ ਡੈੱਡ ਬੋਡੀ ਪਈ ਆ ਬਡਿਆਲਾ ਚੋ ਵਿੱਚ, ਅਤੇ ਮੈਂ ਮੌਕੇ 'ਤੇ ਆਇਆ, ਦੇਖਿਆ ਅੱਧੀ ਕੁ ਡੈੱਡ ਬੋਡੀ ਆ ਉੱਥੇ, ਲੋਕ ਇਕੱਠੇ ਸੀਗੇ ਜਿਹੜੇ ਕਿ ਗੁੱਜਰਾਂ ਦੀ ਕੁੜੀ ਸੀ, ਕਰੀਬ 4 ਮਹੀਨੇ ਪਹਿਲਾਂ ਗੁੰਮ ਹੋਈ ਸੀ, ਉਹਦੀ ਗੁੰਮਸ਼ੁਦਗੀ ਲਿਖੀ ਹੋਆ ਥਾਣੇ, ਉਹਨਾਂ ਨੇ ਉਹਨੇ ਕੱਪੜਿਆਂ ਤੋਂ ਪਛਾਣ ਕੀਤੀ ਆ, ਅਤੇ ਉਹਦੇ ਸੰਬੰਧ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜਿੱਦਾਂ ਵੀ ਕਾਰਵਾਈ ਅਮਲ 'ਚ ਲਿਆਉਂਦੀ ਆ ਜਾਊਗੀ, ਤਫਤੀਸ਼ ਜਾਰੀ ਆ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨ ਹੀਨਤਾ, ਸੱਸ ਨੂੰ ਅਤੇ ਪਤੀ ਪਤਨੀ ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ।